ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ, ਘੰਟੀ ਦਾ ਬਟਨ ਵੀ ਦਬਾਇਓ ਜੀ। ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਅੱਜ ਆਪਾਂ ਇੱਕ ਹੋਰ ਸੌਖਾ ਜਿਹਾ ਡਿਜ਼ਾਇਨ ਬਣਾਉਂਦੇ ਹਾਂ ਜੀ। ਆਹ ਡਿਜ਼ਾਇਨ ਹੈ ਜੀ, ਬੱਚੇ ਦੀ ਕੋਟੀ ਬੁਣੀ ਹੈ ਜੀ। ਇਹ ਡਿਜ਼ਾਇਨ ਬਣਾਉਣ ਵਾਸਤੇ ਆਪਾਂ ਨੇ 11 11 ਦੇ ਹਿਸਾਬ ਨਾਲ ਕੁੰਡੇ ਲੈ ਕੇ ਜੀ, ਇੱਕ ਕੁੰਡਾ ਫਾਲਤੂ ਰੱਖ ਲੈਣਾ। ਆਪਾਂ ਨੇ ਇਹ 23 ਕੁੰਡੇ ਲਏ ਹੈ ਜੀ। ਉਲਟੀ ਸਿਲਾਈ ਮੈਂ ਪਾ ਲਈ ਜੀ ਪਹਿਲਾਂ, ਹੁਣ ਆਪਾਂ ਸਿੱਧੀ ਸਿਲਾਈ ਤੋਂ ਡਿਜ਼ਾਇਨ ਸ਼ੁਰੂ ਕਰੂੰਗੇ ਜੀ। ਪਹਿਲਾਂ ਪਾਉਂਗੇ ਜੀ ਆਪਾਂ 5 ਕੁੰਡੇ ਉਲਟੇ, 1 2 3 4 5, 5 ਕੁੰਡੇ ਉਲਟੇ, 2 ਕੁੰਡੇ ਪਾਉਂਗੇ ਜੀ ਆਪਾਂ ਸਿੱਧੇ। ਹੁਣ ਅੱਗੇ ਪਾਉਂਗੇ ਜੀ ਆਪਾਂ 9 ਕੁੰਡੇ ਉਲਟੇ, 1 2 3 4 5 6 7 8 9, 9 ਕੁੰਡੇ ਆਪਾਂ ਨੇ ਉਲਟੇ ਪਾ ਲਏ ਜੀ। ਹੁਣ ਆਪਾਂ ਪਾਉਂਗੇ 2 ਕੁੰਡੇ ਸਿੱਧੇ, 1 2, ਅਖੀਰ ਵਿੱਚ ਆਪਣੇ ਕੋਲ ਰਹਿ ਗਏ ਜੀ 5 ਕੁੰਡੇ ਉਲਟੇ। ਜਦ ਵੀ ਆਪਾਂ ਨੇ ਕੋਈ ਕੋਟੀ ਸਵੈਟਰ ਤੋਰਨਾ ਜੀ, ਸਾਈਡਾਂ 'ਤੇ ਆਪਾਂ ਨੇ 5 5 ਕੁੰਡੇ ਉਲਟੇ ਕਰਨੇ ਆ। ਜਿਹੜੇ ਵਿਚਾਲੇ ਕਰਨੇ ਆ ਜੀ, ਉਹ ਆਪਾਂ ਨੇ 9 9 ਕੁੰਡੇ ਉਲਟੇ, 9 ਕੁੰਡੇ ਉਲਟੇ, 2 ਕੁੰਡੇ ਸਿੱਧੇ, ਸਾਈਡਾਂ 'ਤੇ ਦੋਨਾਂ ਸਾਈਡਾਂ 'ਤੇ ਆਪਾਂ ਨੇ 5 5 ਉਲਟੇ ਰੱਖਣੇ ਜੀ। ਹੁਣ ਆਪਾਂ ਆ ਗਏ ਜੀ ਉਲਟੀ ਸਿਲਾਈ 'ਤੇ। ਉਲਟੀ ਸਿਲਾਈ ਆਪਾਂ ਨੇ ਇਹਦੀ ਪੂਰੀ ਉਲਟੀ ਉਲਟੀ ਓ ਪਾਉਣੀ ਹੈ ਜੀ, ਇਹਦੇ 'ਚ ਕੋਈ ਕੁੰਡਾ ਸਿੱਧਾ ਨਹੀਂ ਪਾਉਣਾ। ਪੂਰੀ ਸਿਲਾਈ ਆਪਾਂ ਆਪਣੀ ਉਲਟੀ ਉਲਟੀ ਪਾ ਲੈਂਦੇ ਹਾਂ। ਉਲਟੀ ਸਿਲਾਈ ਪਾ ਲਈ ਜੀ ਆਪਾਂ ਨੇ, ਆਪਾਂ ਸਿੱਧੀ ਸਿਲਾਈ 'ਤੇ ਆ ਗਏ। ਹੁਣ ਆਪਾਂ ਕਰੂੰਗੇ ਜੀ ਡਿਜ਼ਾਇਨ ਸ਼ੁਰੂ। ਹੁਣ ਆਪਾਂ ਨੇ ਜਿਹੜੇ ਇਹ 2 ਕੁੰਡੇ ਸਿੱਧੇ ਦਿਖਦੇ ਆ ਜੀ, ਇੱਥੇ 4 ਕੁੰਡੇ ਸਿੱਧੇ ਬਣ ਜਾਣੇ। ਉਹ ਕਿਵੇਂ ਬਣਨੇ ਆ ਜੀ? ਹੁਣ ਆਪਾਂ ਬੁਣੂਗੇ ਜੀ ਪਹਿਲਾਂ 4 ਕੁੰਡੇ ਉਲਟੇ, ਪਹਿਲਾਂ ਆਪਾਂ ਨੇ ਬੁਣੇ ਤੇ 5 ਕੁੰਡੇ ਉਲਟੇ, ਹੁਣ ਆਪਾਂ 4 ਕੁੰਡੇ ਉਲਟੇ ਬੁਣ ਕੇ ਧਾਗਾ ਪਿੱਛੇ ਘੁਮਾ ਕੇ ਆਹ ਜਿਹੜਾ ਇੱਕ ਉਲਟਾ ਕੁੰਡਾ ਦਿਖਦਾ ਇਹਨੂੰ ਵੀ ਆਪਾਂ ਨੇ ਸਿੱਧਾ ਬਣਾ ਦੇਣਾ। ਪਰ ਪਹਿਲਾਂ ਆਪਾਂ ਨੇ ਆਹ ਕੁੰਡਾ ਸਿੱਧਾ ਬੁਣਨਾ, ਇਹਨੂੰ ਸਿੱਧਾ ਬੁਣ ਕੇ ਫਿਰ ਜਿਹੜਾ ਆਹ ਉਲਟਾ ਕੁੰਡਾ ਇਹਨੂੰ ਵੀ ਆਪਾਂ ਨੇ ਇਸ ਤਰ੍ਹਾਂ ਸਿੱਧਾ ਬੁਣ ਦੇਣਾ। ਇਹ ਵਿਚਾਲੇ ਆ ਗਿਆ ਜੀ। ਹੁਣ ਆਪਾਂ ਨੇ ਇੱਧਰੋਂ ਇੱਕ ਉਲਟਾ ਕੁੰਡਾ ਇਹ ਵੀ ਸਿੱਧਾ ਬਣਾਉਣਾ ਜੀ, ਇਹਨੂੰ ਪਿਛਲੀ ਸਾਈਡ ਤੋਂ ਇਸ ਤਰ੍ਹਾਂ, ਅਤੇ ਫਿਰ ਇਹਨੂੰ ਜਿਹੜਾ ਅਗਲਾ ਇਹਨੂੰ ਇਸ ਤਰ੍ਹਾਂ। ਆਹ ਦੇਖੋ ਜੀ, 2 ਕੁੰਡਿਆਂ ਤੋਂ 4 ਕੁੰਡੇ ਆਪਣੇ ਸਿੱਧੇ ਹੋ ਗਏ, ਇੱਧਰ 5 ਕੁੰਡੇ ਉਲਟੇ ਅਤੇ 4 ਕੁੰਡੇ ਉਲਟੇ ਰਹਿ ਗਏ, ਇੱਥੇ ਆਪਣੇ ਕੋਲ 9 ਕੁੰਡੇ ਉਲਟੇ ਅਤੇ ਜੀ ਇੱਕ ਇੱਕ ਕੁੰਡਾ ਇੱਧਰ ਸਿੱਧਾ ਹੋ ਜਾਣਾ, ਇੱਕ ਇੱਧਰ ਇੱਕ ਇੱਧਰ। ਹੁਣ ਆਪਣੇ ਕੋਲ 7 ਕੁੰਡੇ ਉਲਟੇ ਬਣਾਉਂਗੇ ਜੀ ਆਪਾਂ, 1 2 3 4 5 6 7, ਧਾਗਾ ਘੁਮਾਇਆ ਪਿੱਛੇ, ਆਹ ਇੱਕ ਉਲਟਾ ਕੁੰਡਾ ਜੀ ਜਿਹੜਾ ਇਹਨੂੰ ਛੱਡ ਗਏ, ਇਹ ਤੋਂ ਅਗਲਾ ਪਹਿਲਾਂ ਸਿੱਧਾ ਬੁਣ ਲੈਣਾ, ਫਿਰ ਜਿਹੜਾ ਆਹ ਉਲਟਾ ਕੁੰਡਾ ਇਹਨੂੰ ਵੀ ਆਪਾਂ ਨੇ ਇਸ ਤਰ੍ਹਾਂ ਸਿੱਧਾ ਬੁਣ ਦੇਣਾ, ਇਹਨੇ ਵਿਚਾਲੇ ਆ ਜਾਣਾ ਕੁੰਡੇ ਨੇ। ਉਸ ਤੋਂ ਬਾਅਦ ਆਪਾਂ ਨੇ ਇਹਨੂੰ ਪਿਛਲੀ ਸਾਈਡ ਤੋਂ ਉਲਟੇ ਕੁੰਡੇ ਨੂੰ ਬੁਣ ਲੈਣਾ, ਇਹ ਵੀ ਵਿਚਾਲੇ ਆ ਜੂਗਾ, ਫਿਰ ਜਿਹੜਾ ਆਹ ਕੁੰਡਾ ਇਹਨੂੰ ਆਪਾਂ ਨੇ ਸਿੱਧਾ ਬੁਣ ਲੈਣਾ ਇਹ ਸਾਈਡ 'ਤੇ। ਆ ਦੇਖੋ ਜੀ, ਫਿਰ 4 ਬਣ ਗਏ।
हूँ अपने को अखीर च रह गए जी फिर चार कुंडे उल्टे। बहुत सौखी तरह बनने वाला डिजाइन है जी, बना के जरूर देखियो। हूँ आप आ गए जी उल्टी सिलाई ते, उल्टियां सिलाइया जी सारिया उल्टियां ही उल्टियां पैनिया, कोई भी कुंडा बिच सीधा नहीं जी पैना। उल्टी उल्टी पा लेने जी आप हाँ सिलाई अपनी। बहुत जल्दी समझ आने वाला डिजाइन है जी ये। सीधी सिलाई जा गए जी आप। पहला अपने को पांच कुंडे थे जी उल्टे, फिर अपने को चार रह गए जी। इधर है दो ते सीधे चार बन गए, तो हूँ अपने को ये जेडे चार है ये छे सीधे बन जाएंगे जी। हूँ आप शुरू में बुनूंगे तीन कुंडे उल्टे, तीन कुंडे उल्टे धागा पिछे घुमा के। आ जेड़ा उल्टा कुंडा है जी इनू नहीं बुनना, पहला पहला इनू बुनना है सीधा, इस तरह सीधा बुन के। फिर आ जेड़ा उल्टा दिखता है इनू भी अपन ने इस तरह सीधा बुन देना, इन्हें विचाले आ जाना है। फिर हूँ आप यह दो कुंडे जेडे बिच सीधे दिखते हैं जी, पहले इन्हों बुनूंगे। फिर आ सीधा कुंडा जी जेड़ा इनू छड़ के आ उल्टे कुंडे नू पिछली साइड तो बुनूंगे इस तरह। पहला अपने को नौ कुंडे थे जी उल्टे, फिर अपने को सत्त रह गए थे जी। हूँ अपने को रह जाएंगे पांच, एक कुंडा इधर आ गया जी सीधा बन गया, एक आ उल्टा दिखता जी इन्हें सीधा बन जाना धागा पिछे घुमा के। पहला आप आ कुंडा बुनूंगे जी सीधा, फिर जेड़ा आ उल्टा दिखता इनू भी अपना सीधा बुनूंगे। जेड़े अपने को बिच दो कुंडे दिखते इन्हों भी अपना सीधा ही बुनना है जी। फिर आ कुंडा है जेड़ा इनू छड़ के ए दूजे नू उल्टे नू पिछली साइड तो इस तरह बुनूंगे जी। अखीर बिच अपने कोल रह गए जी हुण तीन कुंडे उल्टे। डिजाइन देखो जी शुरू हो गया, उल्टे पासे तो उल्टा ही दिखना जी। हुण आपां आ गए उल्टी सिलाई ते, उल्टी सिलाई अपनी फिर आपां पूरी उल्टी उल्टी पा लैने हां जी। उल्टी सिलाई पैगी जी अपनी सीधी ते आ गई। हूँ फिर उस तरह जी पहला पांच कुंडे उल्टे ते, फिर चार कुंडे उल्टे, फिर तीन कुंडे उल्टे, हूँ रह गए जी शुरू बिच दो कुंडे उल्टे। धागा पिछे घुमा के उस तरह आ कुंडा पहला बुनूंगे जी आप, आ जेड़ा उल्टा कुंडा इनू बाद च बुनूंगे, बचाले आ जाना जी सीधा बन जाना इन्हें। हूँ अपने को चार कुंडे सीधे हैं बिच, इन्हों सीधे बुनूंगे एक दो तीन चार। हूँ आ सीधा कुंडा है जेड़ा दिखता थोनू इधर नू जाता, इनू छड़ के इधर इधरला कुंडा जेड़ा इनू पिछली साइड तो बुनूंगे जी उल्टे नू, पहला से पिछली साइड तो बुन के फिर इस तरह बुनूंगे जी। ए हूँ अपने को रह जाएंगे जी तीन कुंडे उल्टे। अखीर बिच अपने को रह गए जी दो कुंडे, इन्हों नू पा लैने जी आपां उल्टे। हुण आपां आ गए जी उल्टी सिलाई ते, उल्टी सिलाई इहदी आपां बणाउने आ जी पूरी उल्टी उल्टी।
इस तरह डिजाइन बनन लग गया जी अपना देखो। हुण आपां ने फिर उसे तरह शुरू कर लेना जी इहनूं डिजाइन नूं। एक दो तीन चार पांच कुंडे अपने पा ले जी उल्टे। उस तो अगे अपने दो पा ले जी सीधे। फिर अपने उस तरह नौ कुंडे उल्टे। तीन तीन कुंडे ऐ रल गए जी जिहड़े सीधे है। तीन अपने कोल है उल्टे, तीन इधरों रल जाने अपने ने। नौ कुंडे फिर उल्टे बना लेने जी। आ दो कुंडे बचाले अपने सीधे। फिर अपने कोल अखीर विच पांच कुंडे उल्टे। इस तरह अपने डिजाइन ने अगे तो अगे शुरू हो ही जाना है जी। फिर उसे तरह हुण अपां ने पांच कुंडे बुने हैं जी उल्टे। हुण उल्टी सिलाई पा के फिर अपां चार कुंडे उल्टे पा के उसे तरह जिवें आह कुंडे अपां ने बनाए हैं जी उल्टे कुंडे नूं बाद च बुनना। पहलां यह सीधे नूं इत्थों बुन के फिर इहनूं उल्टे नूं। इस तरह अगे तों अगे अपना डिजाइन है जी जिहड़ा बनी जाणा। देखो किन्ना प्यारा लगदा डिजाइन बन के। ये तीन पलाई ऊन है जी, तीन पलाई ऊन दी कोटी बनाई है जी मैं छोटी जी गुड़िया वास्ते। डिजाइन बना के देखियो जी जरूर, कमेंट करके जरूर दस्यो। वीडियो नू वध तो वध शेयर करियो जी, लाइक करियो ते कमेंट करियो। चलो जी मिलते हैं आपां इक होर नवीं वीडियो विच। जद तक थोड़ा बहुत बहुत धन्यवाद जी।